बसमिलहिमसलैक् गवर्नमेंट प्राइमरी स्कूल तक नंबर छियाली बसखीरे ਮਾਸ਼ਾਅੱਲਾ ਗਵਰਨਮੈਂਟ ਪੈਨ ਵੀ ਸਕੂਲ 46 ਗਾਬੇ ਦਾ ਖੂਬਸੂਰਤ ਨਜ਼ਾਰਾ ਇਹਦਾ ਖੂਬਸੂਰਤ ਨਜ਼ਾਰਾ ਨਜ਼ਰ ਆ ਰਿਹਾ ਨਜ਼ਰ ਆ ਰਿਹਾ ਵਾ ਜਦ ਅਸਲ ਟੀਚਰਾਂ ਦੀ ਇਹ ਮਿਹਨਤ ਆ ਉਹਨਾਂ ਦੀ ਇਹ ਕਾਮਯਾਬੀ ਆ ਜੀ ਵਜਹ ਨਾਲ ਮਤਲਬ ਇਹ ਸਕੂਲ ਸਾਰਾ ਸਾਰਾ ਸਭ ਨਜ਼ਰ ਆ ਰਿਹਾ ਵਾ ਚਾਰ ਦਿਵਾਰੀ ਵੀ ਉਹਨਾਂ ਕੀਤੀ ਆ ਆਪੇ ਦੱਸਦੇ ਆ ਤੇ ਕਮਰੇ ਸਾਰੇ ਆਪਣੀ ਮਤ ਆਪ ਦੇ ਤਹਿਤ ਬਣਾਈਆਂ ਲੋਕਾਂ ਦੇ ਤਾਮਨ ਦੇ ਨਾਲ ਪੈਣ ਵਾਲਿਆ ਬਹੁਤ ਤਾਮਨ ਕੀਤਾ ਨਾਲ माशाल्लाह बहुत खूबसूरत स्कूल है गवर्नमेंट प्राइमरी स्कूल चकम छ छियाली सखीरे एक टीचर मौजूद है ਉਹਨਾਂ ਨੂੰ ਗਰਬਤ ਪੁੱਛਦੇ ਆ ਵੈਸੇ ਦਸੰਬਰ ਤੀਆਂ ਛੁਰਕੇ ਚਲੜੀਆਂ ਨੇ ਤੇ ਇਹਨਾਂ ਨੂੰ ਪੁੱਛ ਲਿਆ ਵੀ ਕੇਸਸ ਸਰੇ ਬਚਾਏ ਅਸਲਾਮ ਵਾਲੇਕਮ ਜੀ ਅਸਲਾਮ ਵਾ ਸਲਾਮ ਕੀ ਨਾ ਆਜਾ ਆਪਣਾ ਮੁਹੰਮਦ ਰਫੀਕ ਅੱਛਾ ਜੀ ਇਹੜਾ ਸਕੂਲ ਵਾ ਇਹ ਗੋਲਨ ਪ੍ਰਾਇਮਰੀ ਸਕੂਲ 46 ਘਾਬੇ ਜੀ ਇਹ ਕਦੋਂ ਬਣਿਆ ਹੈ 1 ਫਿਬਰੂਰੀ 1968 ਅੱਛਾ 1968 ਵਿੱਚ ਹਾਂਜੀ ਤੇ ਇੱਥੇ ਕਿਹੜੇ ਹੈਡਮਾਸਟਰ ਸੀ ਇਹ ਅਬਦੁਲ ਮਜੀਦ ਸਾਹਿਬ ਸੀ ਅੱਛਾ ਮਤਲਬ ਇਹ ਸਕੂਲ ਸ਼ੁਰੂ ਦੇ ਇੱਥੇ ਆ ਹਾਂਜੀ ਨਹੀਂ ਇਸ ਤੋਂ ਪਹਿਲੇ ਦੂਸਰੀ ਜਗ੍ਹਾ ਤੇ ਹੁੰਦਾ ਸੀ ਕਿਹੜੀ ਜਗ੍ਹਾ ਤੇ ਆਪਣਾ ਇੱਥੋਂ ਰੋਡ ਦੇ ਉੱਤੇ ਦਰਬਾਰ ਸ਼ਰੀਫ ਦੇ ਨਾਲ ਅੱਛਾ ਉੱਥੇ ਹੁਣ ਕੀ ਆ ਉੱਥੇ ਹੁਣ ਕਾਲਜ ਬਣ ਗਿਆ ਲੜਕੀਆਂ ਦਾ ਲੜਕੀਆਂ ਦਾ ਕਾਲਜ ਲੜਕੀਆਂ ਦਾ ਕਾਲਜ ਅੱਛਾ ਇਹ ਪਹਿਲੋ ਸਕੂਲ ਇੱਥੇ ਸੀ ਲੜਕੀਆਂ ਦਾ ਹਾਂਜੀ 2017 ਚ ਫਿਰ ਇੱਥੇ ਸ਼ਿਫਟ ਹੋਏ अच्छा थे वो मतलब फिर किदा उथों ਤੁਸੀਂ ਆਏ ਉੱਠ ਕੇ ਇੱਥੇ ਉਤੋਂ ਫਿਰ ਉਤੋਂ ਦਾ ਮਟੀਰੀਅਲ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਸਾਦਾ ਕਰਾਮ ਨੇ ਕੁਝ ਕਰਕੇ ਇੱਥੇ ਲਿਆਂਦਾ ਤੇ ਆਪਣੀ ਮਦਦ ਆਪ ਦਿੱਤਾ ਤੇ ਇਹ ਸਾਰਾ ਇੰਤਜ਼ਾਮ ਕੀਤਾ ਇਹ ਮਤਲਬ ਸਾਰੇ ਜਿਹੜੇ ਕਮਰੇ ਬਣਾਏ ਆ ਹਾਂਜੀ ਸਾਰੇ ਆਪਣੀ ਮਦਦ ਆਪ ਦਿੱਤਾ ਤੇ ਬਣਾਏ ਆ اچھا ਪਿੰਡ ਵਾਲਿਆਂ ਨੇ ਤਾਨ ਬੜਾ ਕੀਤਾ ਪਿੰਡ ਵਾਲਿਆਂ ਨੇ ਮਾਸ਼ੱਲਾ ਬੜੀ ਤਾਨ ਕੀਤਾ ਸਾਡੇ ਨਾਲ اچھا ਮਤਲਬ ਇੱਥੇ ਪਹਿਲਾਂ ਕੀ ਸ਼ੈ ਹੁੰਦੀ ਸੀ ਇੱਥੇ ਇੱਥੇ ਤਲਾਬ ਹੁੰਦੇ ਸੀ ਬੜੇ ਵੱਡੇ ਘਰ ਘਰ ਬੜੇ ਤਲਾਬ ਹੁੰਦੇ ਸੀ ਹਾਂਜੀ ਅੱਛਾ ਤੇ ਫਿਰ ਉਹ ਤਲਾਬ ਜਿਹੜੇ ਕਿੱਦਾਂ ਪੂਰੇ ਇਹ ਵਾਟਰ ਸਪਲਾਈ ਦੀ ਜਗ੍ਹਾ ਸੀਗੀ ਇਸ ਕਰਕੇ ਇੱਥੇ ਤਲਾਬ ਸੀ ਬਹੁਤ ਪਿਆਰੇ ਅੱਛਾ ਤੇ ਉਹ ਫਿਰ ਸੇਠ ਹਬੀਬ ਸਾਹਿਬ ਜਿਹੜੇ ਆ ਅੱਛਾ ਰਾਤੀ ਸੀ ਤੋਂ ਇੱਥੇ ਆਉਂਦੇ ਹੁੰਦੇ ਆ ਅੱਛਾ ਮੁਹੰਮਦ ਰਸ਼ੀਦ ਸਾਹਿਬ ਦੇ ਸਾਹਿਬ ਜਾਦੇ ਅੱਛਾ ਤੇ ਉਹ ਮੀਆਂ ਜ਼ੁਲਕਾਰ ਸਾਹਿਬ ਨੇ ਉਹਨਾਂ ਨੂੰ ਇੱਥੋਂ ਦਾ ਤਾਰਫ ਕਰਾਇਆ ਅੱਛਾ ਤੇ ਉਹਨਾਂ ਨੇ ਫਿਰ ਇੱਥੇ 1200 ਤਕਰੀਬਨ ਟਰਾਲੀ ਮਿੱਟੀ ਦੀ ਪਾਈ ਫਿਰ ਤਾਂ ਬੜਾ ਉਹਨਾਂ ਕੰਮ ਕੀਤਾ ਹਾਂ ਮਾਸ਼ਾਅੱਲਾ ਬੜਾ ਅੱਲਾਹ ਤਾਲਾ ਨੇ ਉਹਨਾਂ ਨੂੰ ਹਿੰਮਤ ਦਿੱਤੀ ਆ ਬੜੇ ਉਹਨਾਂ ਦੇ ਮਸ਼ਕੂਰ ਆ ਅੱਛਾ ਅੱਲਾ ਸਕੂਲ ਦੇ ਬਦਲੇ ਜੇ ਇਤਲਾਫ ਚ ਬੜੇ ਬੜੇ ਉਹਦਾ ਪੂਰੇ ਹਾਂਜੀ ਉਹਨਾਂ ਨੇ ਪੂਰੇ ਅੱਛਾ ਮਤਲਬ 1200 43 ਤੇ ਬਹੁਤ ਮਤਲਬ ਇਹ ਅਭੀ ਹਾਂਜੀ ਕਾਫੀ ਰਕਮ ਬਣੀ ਬੜੀ ਰਕਮ ਬਣਦੀ ਆ ਹਾਂਜੀ ਤੇ ਅੱਲਾ ਤਾਲਾ ਉਹਨਾਂ ਨੂੰ ਜਜ਼ਾਜ ਇਹ ਵੀ ਬੜਾ ਵੱਡਾ ਕੀਤਾ ਵਾ ਹਾਂਜੀ ਤੇ ਵੈਸੇ ਵੀ ਸੁਣਿਆ ਆ ਵੀ ਉਹ ਬੜਾ ਪਿੰਡ ਵਿੱਚ ਵੀ ਪਿੰਡ ਵਿੱਚ ਵੀ ਕਾਫੀ ਦਾਮਾ ਦਾ ਬੜੇ ਕੰਮ ਕਰ ਰਹੇ ਆ ਹਾਂਜੀ ਅੱਲਾ ਤਾਲਾ ਉਹਨਾਂ ਨੂੰ ਜਜ਼ਾਜ ਹੈ ਹਾਂ ਮਜ਼ੀਦ ਕਾਮਯਾਬੀ ਦੇਣਾ ਅੱਛਾ ਤੇ ਮਾਸ਼ਾ ਅੱਲਾ ਸਕੂਲ ਦਾ ਇਹ ਮਤਲਬ ਬਹੁਤ ਖੂਬਸੂਰਤ ਵਾ ਹਾਂਜੀ ਮਾਸ਼ਾ ਅੱਲਾ ਤੇ

ਅੱਛਾ ਕਿੰਨੇ ਆ ਵਾਸ਼ਰੂਮ ਚਾਰ ਵਾਸ਼ਰੂਮ ਨੇ ਅੱਛਾ ਵਾਟਰ ਸਪਲਾਈ ਦਾ ਕਨੈਕਸ਼ਨ ਵੀ ਆ ਸਾਡੇ ਅੱਛਾ ਤੇ ਜਮੀਨੀ ਪਾਣੀ ਦਾ ਬੋਰ ਵੀ ਇਸ ਕਰਾਇਆ ਮੋਟਰ ਦਾ ਅੱਛਾ ਇੱਥੇ ਕਿਹੜੇ ਕਿਹੜੇ ਟੀਚਰ ਜਿਹੜੇ ਮਤਲਬ ਇੱਥੇ ਪੜਾਉਂਦੇ ਆ ਜੀ ਇੱਥੇ ਹੈਡਮਾਸਟਰ ਸਾਹਿਬ ਨੇ ਹੈਡਮਾਸਟਰ ਦਾ ਕੀ ਨਾਮ ਆ ਆਰਫ ਅਲੀ ਸਾਹਿਬ ਅੱਛਾ ਹੈਡਮਾਸਟਰ ਸਾਹਿਬ ਨੇ ਉਹਨਾਂ ਦੇ ਨਾਲ ਮੁਹੰਮਦ ਰਫੀਕ ਮੈਂ ਕੋਧਿਆ ਅੱਛਾ ਤੇ ਮੇਰੇ ਨਾਲ ਇਸ਼ਤਿਆਕ ਸਾਹਿਬ ਨੇ ਅੱਛਾ ਫਖਰ ਹਵਾਦ ਸਾਹਿਬ ਨੇ ਅੱਛਾ ਤੇ ਇਸ਼ਤਿਆਕ ਆਪਣਾ ਸ਼ਫਾਕ ਸਾਹਿਬ ਨੇ ਅੱਛਾ ਇਹ ਅਸੀਂ ਪੰਜ ਸਾਥੀ ਇੱਥੇ ਹੁਣ ਸਰਵਿਸ ਕਰ ਰਹੇ ਹਾਂ ਮਤਲਬ ਆ ਸਾਰੇ ਦਰਖਤ ਤੁਸੀਂ ਆਪ ਹੀ ਲਾਏ ਆ ਹਾਂ ਬਸ ਅਸਤਾਜਾ ਨੇ ਸਾਰਿਆਂ ਨੇ ਮਿਹਨਤ ਕਰਕੇ ਲਵਾਏ ਬੜੀ ਤੁਹਾਡੀ ਮਿਹਨਤ ਹੈ ਜੀ ਇੱਕ ਨਵੇਂ ਸਰੀ ਇੱਕ ਸਕੂਲ ਨੂੰ ਫੇਰ ਮਤਲਬ ਕਾਮਯਾਬ ਬਣਾਉਣਾ ਜੀ ਤੇ ਤੁਹਾਡੀ ਬਹੁਤ ਜ਼ਿਆਦਾ ਮਿਹਨਤ ਵਾ ਤੇ ਪਿੰਡ ਵਾਲਿਆਂ ਦਾ ਬੜਾ ਤਮਨ ਆ ਹਾਂ ਮਾਸ਼ਾਅੱਲ ਜ਼ਰਦਈ ਦੱਸਣ ਦੇ ਜੋ ਖਾਸ ਤੌਰ ਤੇ ਜਿਹੜਾ ਸੇਠ ਹਬੀਬਾ ਸੇਠ ਹਬੀਬ ਸਾਹਿਬ ਨੇ ਸਭ ਤੋਂ ਜ਼ਿਆਦਾ ਤਮਨ ਕੀਤਾ ਠੀਕ ਆ ਹਾਂ ਜੀ ਉਹਨਾਂ ਦੀ ਬੜੀ ਕਵਸ਼ ਹੈ ਠੀਕ ਆ ਤੇ ਮਤਲਬ ਪਿੰਡ ਦੇ ਬੰਦਿਆਂ ਵੀ ਬੜਾ ਸਾਰੇ ਰਲ ਮਿਲ ਕੇ ਬੜਾ ਕੰਮ ਕੀਤਾ ਹੈ ਮਿਲ ਕੇ ਸਾਰੇ ਮਤਲਬ ਜੀ ਮਾਸ਼ਾਅੱਲਾ ਸਕੂਲ ਤੇ ਇਦਾਂ ਦਾ ਜਿ ਕੋ ਬੜੇ ਮਤਲਬ ਸ਼ੁਰੂ ਦਾ ਜਿ ਕੋ ਇਸੇ ਤਰ੍ਹਾਂ ਦਾ ਹੁੰਦਾ ਵਾ ਬੜਾ ਸਬਜ਼ਾ ਇੱਥੇ ਤੇ ਬੜਾ ਮਤਲਬ ਥੋੜੇ ਜਰ ਦੇ ਵਿੱਚ ਮਾਸ਼ਾਅੱਲਾ ਕਾਮਯਾਬ ਹੋਇਆ ਹਾਂ ਬੜੀ ਗੱਲ ਹੋ ਗਈ 17 ਜੇ ਅਸੀਂ ਇੱਥੇ ਆਏ ਹਾਂ 2017 ਕਿਹੜੀ ਤਰੀਖ ਤੇ 2017 ਜੇ ਅਸੀਂ ਇੱਥੇ ਆਏ ਅੱਛਾ 1 ਕੁ ਮਾਰਚ ਅਪ੍ਰੈਲ 2017 ਅੱਛਾ ਜਿਦਾ ਮਤਲਬ ਪਹਿਲੋਂ ਇੱਥੇ ਤੋਂ ਕਾਲਜ ਬਣਿਆ ਨਰਜੀਨਾ ਪਹਿਲੇ ਕਾਲਜ ਵਾਲੀ ਜਗ੍ਹਾ ਤੇ ਦਰਬਾਰ ਜਨਾਲ ਦਰਬਾਰ ਸ਼ਰੀਫ ਦੇ ਨਾਲ ਠੀਕ ਹੈ ਦਰਬਾਰ ਸ਼ਰੀਫ ਬਾਬਾ ਮੁਗਲ ਸੰਸਾ ਸਾਹਿਬ ਦਾ ਹਾਂਜੀ ਦਰਬਾਰ ਸ਼ ਮਾਸ਼ਾਅੱਲਾ ਜੀ ਬਹੁਤ ਸਕੂਲ ਦੇ ਮਤਲਬ ਰੌਣਕ ਵਿੱਚ ਬਣਾਈ ਆ ਮੈਂ ਜਰਾ ਕਮਰੇ ਵਿਖਾਣਾ ਤੇ ਫਿਰ ਮਾਸ਼ਾਅੱਲਾ ਜੀ ਕਮਰੇ ਬੜੇ ਖੂਬਸੂਰਤ ਨੇ ਤੇ ਸਾਹਮਣੇ ਸਬਜ਼ਾ ਵੀ ਕਮਰਿਆਂ ਦੇ ਦਰਖਤ ਲੱਗੇ ਆ ਗਵਰਨਮੈਂਟ ਪਰ ਅਸੀਂ ਸਕੂਲ ਚਾੜੀਗਾ ਬੇਵਤਨ ਉਖਾ ਰਿਆ ਵਾ ਬੜਾ ਖੂਬਸੂਰਤ ਸਕੂਲ ਆ ਟੀਚਰਾਂ ਨੇ ਬੜੀ ਨਿਯਾਨਤਾ ਬੜੀ ਲਿਖਾਈ ਕਰਾਈ ਆ पंप लाया वो मतलब कवर चलाया वा लकड़ का माशाला बड़ा अच्छा इंतजाम किया महफूज बच्चों वास्ते भी बच्चा हाथ ना ला रहे अच्छा सताजी तुम तो वैसे अजाए स्कूल से ਇਹ ਦਸੰਬਰ ਦੀ ਛੁੱਟੀਆਂ ਦੇ ਵਿੱਚ ਫਿਰ ਕਾਹੂਗਾ ਗੇੜਾ ਮਾਰਨ ਵਾਸਤੇ ਆ ਜਾਈਦਾ ਅੱਛਾ ਬੜੀ ਗੱਲ ਹੈ ਜੀ ਛੁੱਟੀਆਂ ਮਾਝੀ ਤੁਸੀਂ ਸਕੂਲ ਦਾ ਖਿਆਰ ਰੱਖਦੇ ਜੀ ਫਿਰ ਬਾਰੀ ਬਾਰੀ ਸਾਰੇ ਸਟਾਫ ਨੇ ਕਰਨਾ ਪੈਂਦਾ ਠੀਕ ਹੈ ਜੀ ਬੰਨ ਬੜੇ ਲੋਕ ਵਾਵਾ ਤਾਮਨ ਕਰਦੇ ਆ ਹਾਂਜੀ ਮਾਸ਼ੱਲਾ ਚਲੋ ਜੀ ਅੱਛਾ ਜੀ ਅਸਲਾਮੁਅਲੈਕੁਮ ਵਲੈਕੁਮ